सत श्री अकाल दोस्तों, साडा टीवी USA नाल जुड़े दर्शकों का स्वागत है। हाजिर होया तुहाडे लई लैके दिन भर दीआं महत्वपूर्ण खबरां। निजी स्कूलों के 1790 विद्यार्थियों ने सरकारी स्कूलों नाल नाता जोड़िया। सिक्ख्या विभाग वालों पंजाब चलाई जा रही दाखला मुहिम के सार्थक नतीजे आने शुरू हो गए हैं। जिला अमृतसर की गल करिए तो इतों मापिया वालों प्राइवेट स्कूलों तो मुख मोड़ के सरकारी स्कूलों वाल रुख किया जा रहा है। सिक्ख्या मंत्री पंजाब विजय इंद्र सिंगला और सकत्र स्कूल सिक्ख्या पंजाब कृष्ण कुमार की अगुवाई हेठ जिथे सूबे के सरकारी स्कूलों समय का हानि बनाद मुढ़लियां सहूलत लैस करद समार्ट स्कूलों में तब्दील किया गया है। उत्थे ही सरकारी स्कूलों दमातों हाईटैक बनाद डिजिटल तकनीक विद्यार्थियों को सिक्ख्या दी जा रही है। इस दे सार्थक नतीजे आने शुरू हो गए हैं। ਜ਼ਿਲ੍ਹਾ ਅੰਮ੍ਰਿਤਸਰ ਵਿੱਚ 1790 ਨਵੇਂ ਵਿਦਿਆਰਥੀ ਸਰਕਾਰੀ ਸਕੂਲਾਂ 'ਚ ਦਾਖਲ ਹੋਏ ਹਨ। ਕੋਰੋਨਾ ਤੋਂ ਡਰੇ ਗ੍ਰਹਿ ਮੰਤਰੀ ਖੇਤੀ ਮੰਤਰੀ ਨੂੰ ਕੀਤੀ ਅਪੀਲ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਕਿ ਕੇਂਦਰ ਦੇ 3 ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਫਿਰ ਤੋਂ ਸ਼ੁਰੂ ਕਰਨ, ਕਿਉਂਕਿ ਕੋਰੋਨਾ ਵਾਇਰਸ ਦੇ ਫੈਲਣ ਦਾ ਖਤਰਾ ਫਿਰ ਤੋਂ ਮੰਡਰਾ ਰਿਹਾ ਹੈ। ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਇਜਾਫਾ ਅਤੇ ਹਰਿਆਣਾ 'ਚ ਵੀ ਖਰਾਬ ਹੁੰਦੀ ਸਥਿਤੀ ਦਾ ਹਵਾਲਾ ਦਿੰਦਿਆਂ ਵਿਜ ਨੇ ਕਿਹਾ ਕਿ ਉਹ ਦਿੱਲੀ ਨਾਲ ਲੱਗਦੀ ਸੂਬੇ ਦੀ ਸਰਹੱਦ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਫਿਕਰਮੰਦ ਹਨ। ਆੜ੍ਹਤੀਆਂ ਵੱਲੋਂ ਕਣਕ ਦੀ ਖਰੀਦ ਸ਼ੁਰੂ ਕਰਨ ਦਾ ਫੈਸਲਾ, ਪਰ ਜਾਰੀ ਰਹੇਗਾ ਸਰਕਾਰ ਦਾ ਵਿਰੋਧ। ਮੰਡੀਆਂ ਦੇ ਬੇਹੱਦ ਗੰਭੀਰ ਹਾਲਾਤ ਨੂੰ ਮੁੱਖ ਰੱਖਦੇ ਹੋਏ ਆੜ੍ਹਤੀ ਐਸੋਸੀਏਸ਼ਨ ਪੰਜਾਬ ਵੱਲੋਂ ਸਰਕਾਰ ਦੇ ਵਤੀਰੇ ਵਿਰੁੱਧ ਮੰਡੀਆਂ 'ਚ ਚੱਲ ਰਹੀ ਹੜਤਾਲ ਬਾਰੇ ਵਿਚਾਰ ਕੀਤਾ ਗਿਆ। ਬਹੁਤ ਸਾਰੀਆਂ ਮੰਡੀਆਂ ਤੋਂ ਆੜ੍ਹਤੀ ਆਗੂਆਂ ਨੇ ਸ਼ਿਕਾਇਤ ਕੀਤੀ ਹੈ ਕਿ ਪੰਜਾਬ ਸਰਕਾਰ ਦੇ ਵਜ਼ੀਰਾਂ ਅਤੇ ਅਧਿਕਾਰੀਆਂ ਵੱਲੋਂ ਆੜ੍ਹਤੀਆਂ ਅਤੇ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਕੁਝ ਮੰਡੀਆਂ ਵਿੱਚ ਬੋਲੀ ਕੀਤੀ ਗਈ ਹੈ। ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ 8 ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਵਾਂਗ ਇਸ ਵਾਰੀ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਮੌਕੇ 12 ਅਪ੍ਰੈਲ ਨੂੰ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਭੇਜਿਆ ਜਾ ਰਿਹਾ ਹੈ। ਜੱਥੇ ਵਿੱਚ ਜਾਣ ਵਾਲੇ ਸਾਰੇ ਸ਼ਰਧਾਲੂਆਂ ਦੇ ਕੋਰੋਨਾ ਟੈਸਟ ਕਰਵਾਏ ਗਏ ਸਨ। ਇਸ ਲਈ 2 ਦਿਨ ਕੈਂਪ ਲਾਇਆ ਗਿਆ ਸੀ। ਕੁਝ ਸ਼ਰਧਾਲੂਆਂ ਨੇ ਆਪਣੇ ਘਰਾਂ ਨੇੜੇ ਡਿਸਪੈਂਸਰੀਆਂ ਤੋਂ ਟੈਸਟ ਕਰਵਾਏ ਸਨ। ਜੱਥੇ ਵਿੱਚ ਜਾਣ ਵਾਲੇ ਕੁੱਲ 437 ਸ਼ਰਧਾਲੂਆਂ ਵਿੱਚੋਂ 8 ਸ਼ਰਧਾਲੂਆਂ ਦੀ ਰਿਪੋਰਟ ਪਾਜ਼ਿਟਿਵ ਆਈ ਹੈ। ਇਸ ਲਈ 428 ਸ਼ਰਧਾਲੂ ਹੀ ਪਾਕਿਸਤਾਨ ਜਾ ਸਕਣਗੇ। ਦਿੱਲੀ ਪੁਲਿਸ ਪੰਜਾਬ ਆ ਕੇ ਬੰਦਾ ਕੁੱਟ ਕੇ ਚਲੀ ਗਈ। ਪੰਜਾਬ ਸਰਕਾਰ ਕੀ ਕਰ ਰਹੀ ਸੀ? ਨਵਜੋਤ ਸਿੱਧੂ, ਕਾਂਗਰਸ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਲੱਖਾ ਸਦਾਣਾ ਦੇ ਭਰਾ ਅਤੇ ਦਿੱਲੀ ਪੁਲਿਸ ਵੱਲੋਂ ਢਾਹੇ ਗਏ ਤਸ਼ੱਦਦ 'ਤੇ ਆਪਣੀ ਹੀ ਸਰਕਾਰ ਨੂੰ ਘੇਰ ਲਿਆ ਹੈ। ਉਹਨਾਂ ਟਵੀਟ ਕਰਕੇ ਕਿਹਾ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਸਾਡੀ ਹੀ ਧਰਤੀ 'ਤੇ ਸਾਡੇ ਹੀ ਅਧਿਕਾਰ ਖੇਤਰ ਵਿੱਚ ਦਿੱਲੀ ਪੁਲਿਸ ਨੂੰ ਪੰਜਾਬੀਆਂ 'ਤੇ ਤਸ਼ੱਦਦ ਢਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਪੰਜਾਬ ਸਰਕਾਰ ਦੀ ਅਥਾਰਟੀ ਦੀ ਉਲੰਘਣਾ ਹੈ। ਕਿਸ ਨਾਲ ਰਲ ਕੇ ਅਜਿਹਾ ਕੀਤਾ ਗਿਆ? ਉਹਨਾਂ ਮਮਤਾ ਬੈਨਰਜੀ ਤੋਂ ਸਬਕ ਲੈਣ ਦੀ ਗੱਲ ਕਰਦਿਆਂ ਕਿਹਾ ਕਿ ਮਮਤਾ ਨੇ CBI ਦੇ ਅਧਿਕਾਰੀਆਂ ਨੂੰ ਜੇਲ੍ਹ ਨਹੀਂ ਰੱਖ ਦਿੱਤਾ ਸੀ ਜਦੋਂ ਉਹਨਾਂ ਪੱਛਮੀ ਬੰਗਾਲ ਦੇ ਅਧਿਕਾਰ ਖੇਤਰ ਅੰਦਰ ਘੁਸਪੈਠ ਕੀਤੀ ਸੀ। ਤਾਂ ਦੋਸਤੋ, ਇਹ ਸਨ ਦਿਨ ਭਰ ਦੀਆਂ ਵੱਡੀਆਂ ਖਬਰਾਂ। ਜਲਦੀ ਮਿਲਾਂਗੇ ਇੱਕ ਨਵੀਂ ਅਤੇ ਤਾਜ਼ਾ ਖਬਰ ਦੇ ਨਾਲ। ਤੁਸੀਂ ਜੁੜੇ ਰਹੋ ਸਾਡੇ ਚੈਨਲ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।